ਜਿਹੜਾ ਮਾਰਨ ਨਕੋਦਰ ਤੋਂ ਸ਼ੁਰੂ ਕੀਤਾ ਗਿਆ ਨਕੋਦਰ ਤੋਂ ਸ਼ੁਰੂ ਕਰਕੇ ਜਲੰਧਰ ਸਿਟੀ ਵਿੱਚ ਅਸੀਂ ਐਂਟਰ ਕਰ ਚੁੱਕੇ ਹਾਂ। ਅੱਜ ਦਾ ਮਾਰਚ ਪੰਜਾਬ ਦੇ ਜਿਹੜੇ ਬੀਜੇਪੀ ਦੇ ਲੀਡਰ ਆ ਸੁੱਤੇ ਪਏ ਕੁੰਭਕਰਨ ਦੀ ਨੀਂਦ ਉਹਨਾਂ ਨੂੰ ਜਗਾਉਣ ਜਾ ਰਹੇ ਹਾਂ ਔਰ ਮੈਂ ਪੰਜਾਬ ਦੇ ਸਮੁੱਚੇ ਪੰਜਾਬ ਦੇ ਲੋਕਾਂ ਨੂੰ ਅਪੀਲ ਕਰੂੰਗਾ ਹੱਥ ਬੰਨ ਕੇ ਵੀ ਪੰਜਾਬ ਨੂੰ ਬਚਾਉਣਾ ਆ। ਅੱਜ ਬੀਜੇਪੀ ਦੇ ਜਿਹੜੇ ਲੀਡਰ ਆ ਇਹਨਾਂ ਦੇ ਘਰ ਘੇਰੋ, ਇਹਨਾਂ ਨੂੰ ਨਿਕਲਣਾ ਬੰਦ ਕਰੋ। ਪਰ ਮੈਂ ਆਪਣੇ ਵੱਲੋਂ ਇਹ ਕਹਿੰਦਾ ਹਾਂ ਕਿ ਪੰਜਾਬ ਦਾ ਕੋਈ ਵੀ ਬੀਜੇਪੀ ਦਾ ਵੱਡਾ ਲੀਡਰ ਜੇ ਕੋਈ ਨਕੋਦਰ ਜਾਊਗਾ ਜਾਂ ਪੰਜਾਬ ਦੀਆਂ ਕਿਸੇ ਟਰੱਕ ਜਿਵੇਂ ਜਾਊਗਾ ਤਾਂ ਜ਼ੋਰਦਾਰ ਤਰੀਕੇ ਨਾਲ ਵਿਰੋਧ ਕਰਾਂਗੇ। ਪੰਜਾਬ ਦੇ ਕਿਸੇ ਲੀਡਰ ਨੂੰ ਬੀਜੇਪੀ ਨੂੰ ਕਿਸੇ ਹਲਕੇ 'ਚ ਵੜਨਾ ਦਿਓ, ਇਹਨਾਂ ਦੇ ਨਾਸੀ ਦਮ ਕਰ ਦਿਓ। ਇਹਨਾਂ ਨੇ ਤਾਂ ਜਾ ਕੇ ਉੱਤੇ ਦਬਾਅ ਪਾਉਣਾ ਕਿ ਸਾਨੂੰ ਲੋਕ ਘਰਾਂ ਤੋਂ ਬਾਹਰ ਨਿਕਲਣਾ ਬੰਦ ਕਰ ਦਿੱਤਾ ਹੈ। ਤਾਂ ਇੱਕੋ ਸਾਰੇ ਪੰਜਾਬ ਵਾਸੀਆਂ ਨੂੰ, ਸਾਰੀ ਸਿਆਸੀ ਪਾਰਟੀਆਂ ਨੂੰ ਅਪੀਲ ਕਰਦਾ, ਇੱਕ ਝੰਡੇ ਥੱਲੇ ਇਕੱਠੇ ਹੋ ਜਾਓ। ਜੇ ਪੰਜਾਬ ਬਚਾਉਣਾ ਆ, ਜਿਹੜੀ ਸਿਆਸਤ ਆ ਲੰਬਾ ਸਮਾਂ ਪਿਆ ਆ, 1.5 ਸਾਲ ਹਲੇ ਪਿਆ, ਉਦੋਂ ਸਿਆਸਤ ਕਰ ਲਾਂਗੇ। ਅੱਜ ਆਪਾਂ ਪੰਜਾਬ ਦੀ ਕਿਸਾਨੀ ਬਚਾ ਲਈਏ, ਪੰਜਾਬ ਬਚਾ ਲਈਏ। ਮੇਰਾ ਖਿਆਲ ਤਾਂ ਅੱਜ ਦੇਖੋ ਤੁਸੀਂ ਆਏ, ਅਸੀਂ ਆਏ ਹਾਂ, ਕੋਈ ਸਿਆਸੀ ਪਾਰਟੀ ਦਾ ਝੰਡਾ ਨਹੀਂ, ਇਕੱਲੇ ਕਾਲੇ ਝੰਡੇ ਥੱਲੇ ਇਕੱਠੇ ਹੋ ਕੇ ਆ ਰਹੇ। ਸ਼ਹੀਦ ਭਗਤ ਸਿੰਘ ਦੀ ਸੋਚ ਨੂੰ ਅੱਗੇ ਵਧਾਉਣ ਲਈ ਕੋਸ਼ਿਸ਼ ਕਰ ਰਹੇ ਹਾਂ। ਗੱਡੀਆਂ ਸਟਿੱਕਰ ਲੱਗੇ ਆ ਕਿ ਉਹਦੀ ਸੋਚ ਸੀ ਕਿ ਮੇਰਾ ਦੇਸ਼ ਅੱਗੇ ਵਧੇ, ਪਰ ਇਹਨਾਂ ਲੋਕਾਂ ਨੇ ਜਿਨ੍ਹਾਂ ਵਰਗੇ ਦੇਸ਼ ਆਜ਼ਾਦ ਕਰਾਇਆ, ਇਹਨਾਂ ਲੋਕਾਂ ਨੇ ਪੰਜਾਬ ਸਾਡੇ ਨੂੰ ਲੁੱਟਣ ਵਾਸਤੇ ਆ ਗਿਆ। ਇਹ ਤੋਂ ਪੰਜਾਬ ਬਚਾਉਣ ਲਈ ਅਸੀਂ ਹਰ ਸੰਘਰਸ਼ ਕਰਾਂਗੇ। ਕਦੋਂ ਸਾਰਾ ਪੰਜਾਬ ਉੱਠਣਾ ਫਰਕ ਪੈਣਾ, ਮੇਰੇ ਇਕੱਲੇ ਦੇ ਕਰਨਾ ਕੁਛ ਨਹੀਂ ਹੋਣਾ। ਮੈਂ ਤਾਂ ਇੱਕ ਫੋਕਾ ਦੇਣ ਜਾ ਰਿਹਾ ਕਿ ਪੰਜਾਬ ਦੇ ਲੋਕੋ, ਤੁਸੀਂ ਜੁਝਾਰੂ ਲੋਕ ਉੱਠੋ, ਉੱਠ ਕੇ ਇਹਨਾਂ ਜਿਹੜੇ ਇਹ ਜਿਹੜੇ ਦੋਗਲੇ ਲੀਡਰ ਆ ਇਹਨਾਂ ਦੇ ਘਰ ਘੇ ਲਓ, ਇਹਨਾਂ ਦੇ ਨਾਸੀ ਦਮ ਕਰ ਦਿਓ, ਇਹਨਾਂ ਨੂੰ ਘਰਾਂ ਤੋਂ ਬਾਹਰ ਨਾ ਨਿਕਲਣ ਦਿਓ ਔਰ ਇਹਨਾਂ ਨੂੰ ਕਿਸੇ ਹਲਕੇ 'ਚ ਵੜ ਨਾ ਦਿਓ। ਇਹ ਗੱਲ ਕਰਦੇ ਆ ਪੰਜਾਬ ਦੀ ਕਿਸਾਨੀ ਦੀ ਗੱਲ ਕਰਦੇ ਆ, ਇਹ ਸੋਚਦੇ ਆ ਕਿ ਅਸੀਂ ਸ਼ਹਿਰੀ ਹਲਕੇ ਆ, ਸਾਡੇ ਦੇ ਹਿੰਦੂ ਵੋਟ ਆ। ਜੇ ਪੰਜਾਬ ਦਾ ਕਿਸਾਨ ਖਤਮ ਹੋ ਗਿਆ, ਸਾਰਾ ਸਿਸਟਮ ਖਤਮ ਹੋ ਜਾਊਗਾ। ਪੰਜਾਬ ਦੇ ਕਿਸਾਨ ਨਾਲ ਸਾਰਾ ਕੁਝ